ਆਸਾਨੀ ਪਹੁੰਚ ਸਕੇ। ਜਨਾਬ ਅੱਜ ਅਸੀਂ ਪਹੁੰਚੇ ਜੀ ਤਹਿਸੀਲ ਤਾਂਦਲਿਆਂ ਵਾਲਾ ਦੇ ਨਾਲ ਭਾਈ ਮਜ਼ਰ ਗੁੱਜਰ ਸਾਹਿਬ ਕੋਲੇ, ਜ਼ਿਲ੍ਹਾ ਫੈਸਲਾਬਾਦ ਦੀ ਇਹਨਾਂ ਦੀ ਰਹਿਸ਼ ਹੈ। ਪਕਾਇਆ ਇਹਨਾਂ ਦੇ ਪਿੰਡ ਦਾ ਨਾਂ ਬਹੁਤ ਔਖਾ, ਜਿਹੜਾ ਮੈਂ ਦੱਸ ਨਹੀਂ ਸਕਦਾ, ਆਪ ਹੀ ਦੱਸਣਗੇ ਜੀ। ਬਜਨ ਤਹਿਸੀਲ ਤਾਂਦਲਾ, ਜ਼ਿਲ੍ਹਾ ਫੈਸਲਾਬਾਦ, ਆਬਾਦੀ ਖੁੰਗਰਾ, ਤਹਿਸੀਲ ਤਾਂਦਲੇ ਤੋਂ 15 ਤੋਂ 20 ਕਿਲੋਮੀਟਰ ਤਕਰੀਬਨ ਸਾਡਾ ਪਿੰਡ ਹੈ। ਆਬਾਦੀ ਖੁੰਗਰਾ ਗੰਡਾਫੜੇ ਤੋਂ 7 ਕਿਲੋਮੀਟਰ। ਦਗਾਦੀ ਮੇਹਰ ਸ਼ਾਨਾ, ਦਗਾਦੀ ਮੇਹਰ ਸ਼ਾਨਾ। ਨੰਬਰ ਦਿਓ 03-344-29-20-538, 03-44-29-20-538 ਜੀ। 3 ਜਾਨਵਰ ਨੇ, 1 ਮੱਝ ਤੇ 2 ਗਾਵਾਂ। ਚੱਕਰਵਾਣਗੇ ਸਾਡੇ ਕੈਮਰਾਮੈਨ। ਹਾਂਜੀ, ਇਹ ਕਿੰਨੇ ਕੁ ਦਿਨਾਂ ਦੀ ਸੂਈ ਮਦਰ ਭਾਈ? ਭਾਈ ਜਾਨ 2 ਮਹੀਨਿਆਂ ਦੀ ਸੂਈ ਹੈ। 2 ਮਹੀਨਿਆਂ ਦੀ ਸੂਈ ਜੇ ਜੀ, ਪਿੱਛੇ ਕੀ ਹੈ? ਪਿੱਛੇ ਤੇ ਭਾਈ ਜਾਨ ਕੱਟੀ ਕੱਟੀ, ਮਾਸ਼ਾਅੱਲਾ। 1 ਦੀਆਂ 2 ਜੀ? ਬਿਲਕੁਲ ਹੈ, ਬਿਲਕੁਲ ਸਹੀ, ਪੱਕੀ 2 ਮਹੀਨਿਆਂ ਦੀ ਸੂਈ ਹੈ। ਪੱਕੀ ਯਾਰ, ਆਪਾਂ ਕਿਸੇ ਨਾਲ ਗਲਤ ਬਿਆਨ ਤੇ ਕਰਨੇ ਹੀ ਨਹੀਂ ਗੇ। ਕਿੰਨੇ ਆ ਤਾਰਾਂ, ਕਿੰਨੀਆਂ ਕਹਿ ਦਿੰਦੇ ਤਾਰਾਂ? ਜਿਹੜਾ ਦੋਸਤ ਵਿੱਚ ਹੋਵੇ 10 ਕਿਲੋ ਆਪਾਂ ਚਵਾ ਕੇ ਦੇਵਾਂਗੇ। 10 ਕਿਲੋ ਚਵਾ ਕੇ ਦੇਵਾਂਗੇ। ਠੰਡਾ ਕੀਤਾ, 2 ਟਾਈਮ ਚੋਲਣ, 4 ਟਾਈਮ ਚੋਲਣ, ਲਾਈਫ ਚਵਾਈ ਮੰਗਵਾਉਣ, ਜਿਵੇਂ ਮਰਜ਼ੀ। ਕਿਵੇਂ ਚਵਾਈ ਕਿਵੇਂ ਕਰਦਾ ਜੀ? ਬੱਚੇ ਤੇ ਕੋ? ਬੱਚੇ ਤੇ ਕਰਦੇ ਜੀ, ਬੱਚੇ ਤੇ। ਇਹ 2 ਮਹੀਨੇ ਸੂਈ, ਬੱਚੇ ਤੇ ਚਵਾਈ ਕਰਨੀ? ਬੱਚੇ ਤੇ ਚਵਾਈ ਕੇ ਹੁੰਦਾ ਨਾ? ਨਹੀਂ ਵੀ ਜਾਨਵਰ ਤੇ ਥਾਣ ਕਲੀਅਰ, ਮਾਸ਼ਾਅੱਲਾ ਕਲੀਅਰ, ਕੋਈ ਛਿੱਟਾ ਪਵਾਰ, ਕੋਈ ਧਾਰ ਘੱਟ ਹੋਵੇ ਮਨਜ਼ੂਰ ਭਾਈ ਆਪਾਂ ਜ਼ਿੰਮੇਦਾਰ ਹੈ। ਦੁੱਧ ਕਿੰਨਾ ਦੇ ਕੋਲ? ਪੱਕਾ ਦੁੱਧ? ਪੱਕਾ ਮਨਜ਼ੂਰ ਭਾਈ, ਟੈਨਸ਼ਨ ਨਹੀਂ ਲੈਣੀ। ਨਹੀਂ ਪੱਕਾ, ਜਿਹੜਾ ਜਿਹੜਾ ਚਵਾਈ ਕਰਵਾ ਕੇ ਦੇਣਾ, ਪੱਕਾ ਚਵਾਈ 10 ਕਿਲੋ ਕਰਾ ਕੇ ਦਵਾਂਗੇ। ਪੱਕਾ 10 ਕਿਲੋ ਜੀ? ਠੀਕ, ਆ ਕੱਟੀ ਪਿੱਛੇ? ਹਾਂਜੀ ਕੱਟੀ, ਵੇਖ ਲਓ 2 ਮਾਹ ਦੀ ਆ, ਬਿਲਕੁਲ ਪਸ਼ਮ ਹੋਵੇਂ। ਹੁਣ ਇਹਨਾਂ ਨੇ ਕਿ ਇਹ ਨਾ ਕਹਿ ਦੇ ਜਾਨਵਰ ਨੂੰ ਪਸ਼ਮ ਹੈ। ਅੱਛਾ ਜੀ, ਇਹਦਾ ਪਿਆਰ ਮੁਹੱਬਤ ਨਾਲ ਰੇਟ ਦੱਸ। ਪਿਆਰ ਮੁਹੱਬਤ ਨਾਲ ਇੱਕੋ ਹੀ ਗੱਲ, ਆਪਾਂ ਰੋਜ਼ਾ ਖਪਾਣਾ ਨਹੀਂ, ਤੁਹਾਡਾ ਵੀ ਰੋਜ਼ਾ ਤੇ ਮੈਂ ਬਿਲਕੁਲ ਖਪਾਣ ਵਾਲੀ, ਤੁਹਾਨੂੰ ਗੱਲ ਨਹੀਂ ਕਰਨੀ। ਚੈਨਲ ਚ ਇੱਕੋ ਜਿਹਾ ਰੇਟ ਕਰਨਾ, ਜਿਹੜਾ ਲੈ ਲੈਣਾ 1,90,000 ਰੁਪਇਆ। 1,90,000 ਜੀ? ਇਹ ਕਿਹੜਾ ਤਾਜ਼ੀ ਲਿਆਂਦੀ ਖੜਾ ਜਿੰਦਾ 1,90,000? ਭਾਈ ਜਾਨ ਅੱਜ ਤਾਜ਼ੀਆਂ ਥੱਲੇ 10 ਕਿਲੋ ਦੁੱਧ ਕੋਈ ਨਹੀਂ ਗਿਆ, ਜੋ ਮੇਰੇ ਜੂਨ ਦੀ ਦਰਿਆ ਦੀ ਮੱਝ ਹੈ। ਇਨਸ਼ਾਅੱਲਾ ਕੋ 10 ਦਿਨ ਹੱਥ ਪੱਲਾ ਮਾਰ ਕੇ ਝੋਟੀ 14-15 ਦਾ ਉੱਤੇ ਨਾ ਜਾਵੇ, ਫਿਰ ਜਿਹੜੇ ਪੈਸੇ ਲੈਣੇ ਨਾ ਜਾਇਜ਼ ਮੁਨਾਸਬ ਉਹ ਦੱਸ। ਨਹੀਂ ਜਾਇਜ਼ ਮੁਨਾਸਬ ਰਾਜ ਸਾਹਿਬ, ਆਪਾਂ ਗੱਲ ਬਿਲਕੁਲ ਮੁਨਾਸਬ ਕੀਤੀ, ਲੈਣ ਦੇਣ ਵਾਲੀ ਗੱਲ ਕੀਤੀ। ਨਾ ਮੁਨਾਸਬ ਨਹੀਂ, ਨਾ ਮੁਨਾਸਬ ਹੁੰਦੀ ਤਾਂ ਫਿਰ ਸੀ 5,000 ਰੁਪਏ ਦੀ ਆਪਾਂ ਰਿਆਤ ਕਰ ਦਿੰਦੇ ਰਾਜ ਸਾਹਿਬ। 1,85,000 ਰੁਪਏ? 1,85,000 ਝੋਟੀ ਦੀ ਸਿੰਗੀ ਦੇਖ ਮਾਸ਼ਾਅੱਲਾ। ਲਓ ਜੀ, ਪਹਿਲਾ ਸੂਆ ਸੂਈ ਹੈ, ਪਹਿਲਾ ਸੂਆ ਸੂਈ ਹੈ ਭਾਈ ਜਾਨ। 2 ਮਹੀਨੇ ਹੋ ਗਏ ਛਿੱਕੀ ਮੂੰਹ ਚੂ ਭਾਈ ਜਾਨ, 2 ਮਹੀਨੇ ਹੋ ਗਏ ਸੂਈ ਨੂੰ। ਥੱਲੇ ਦੁੱਧ ਕਿੰਨਾ ਜੀ? 10 ਕਿਲੋ? 10 ਕਿਲੋ ਦੋਸਤ, ਜਿਹੜਾ ਮਰਦੀ ਦੋਸਤ ਚੋਵੇ ਆ ਕੇ ਚੋਵੇ, ਆਜਰ ਮੌਕੇ ਪਿਆਰ ਮੁਹੱਬਤ ਕਰੇਗਾ ਇਨਸ਼ਾਅੱਲਾ ਕਰਾਂਗੇ। ਉਹ ਦੋਸਤਾਂ ਨੂੰ ਪਤਾ ਕਿ ਆਪਾਂ ਖੁੱਲੇ ਦਿਲ ਨਾਲ ਪਿਆਰ ਮੁਹੱਬਤ ਕਰੀ। ਚਲੋ 2 ਨੰਬਰ ਜੀ ਗਾਏ, ਇਹ ਕਿਹੜੀ ਨਸਲ ਦੀ ਹੈ ਜੀ? ਕੀ ਇਹ ਭਾਈ ਜਾਨ? ਫਰੀਜ਼ੀਅਨ ਤੇ ਜਰਸੀ ਕ੍ਰਾਸ ਹੈ। ਫਰੀਜ਼ੀਅਨ ਤੇ ਜਰਸੀ ਕ੍ਰਾਸ ਹੈ ਜੀ? ਨਾ ਮੈਨੂੰ ਤਾਂ ਜਰਸੀ ਦਾ ਕ੍ਰਾਸ ਨਹੀਂ। ਨਹੀਂ ਭਾਈ ਜਾਨ, ਜਰਸੀ ਦਾ ਕ੍ਰਾਸ ਤੁਹਾਨੂੰ ਮੈਂ ਸਾਬਤ ਕਰਾਉਂਦਾ। ਜਰਸੀ ਦਾ ਕ੍ਰਾਸ ਦੀ ਇਹ ਕੀ ਕਰਦੀ ਜੀ? ਇਸ ਦੀ ਵਜ੍ਹਾ ਤੁਹਾਨੂੰ ਮੈਂ ਦੱਸਦਾ ਕਿ ਇਹ ਮੰਡੀ ਦੀਆਂ ਗਾਵਾਂ ਨੇ ਗੀਆਂ ਜਿਹੜੀਆਂ ਇਹਨਾਂ ਕੰਮਾਂ ਤੇ ਲੱਗੀਆਂ ਹੋਣ। ਇਹ ਗੱਲ ਤਾਂ ਤੁਹਾਨੂੰ ਖੋਲ ਛੱਡੋ, ਇਹ ਖੋਲ ਦੋ, ਇਹ ਗੱਲ ਤਾਂ ਤੁਹਾਨੂੰ ਖੁਦ ਹੀ ਸ਼ਨਾਖਤ ਹੋ ਗਈ ਤੇ ਦੋਸਤਾਂ ਨੂੰ ਵੀ ਸ਼ਨਾਖਤ ਹੋ ਗਈ ਹੈ ਕਿ ਇਹ ਮੰਡੀ ਦੇ ਜਾਨਵਰ ਜਾਂ ਘਰੇਲੂ ਜਾਨਵਰ। ਚਲੋ ਪਤਾ ਲੱਗ ਜਾਂਦਾ ਨਾ, ਖੋਲੋ। ਹਾਂ, ਕੋਈ ਮਸਲਾ ਮਸਾਇਲ ਤਾਂ ਨਹੀਂ ਨਾ?
ਅੱਛਾ ਸੂਈ ਹੋਈ ਹੈ? ਹਾਂਜੀ ਸੂਈ ਹੋਈ ਹੈ। ਪਿੱਛੇ ਕੀ ਦਿੰਦੇ ਇਹਦੇ ਬੱਚਾ? ਭਾਈ ਬੱਚਾ ਕਿੰਨੇ ਕੁ ਦਿਨਾਂ ਦੀ ਸੂਈ ਹੈ? ਇਹ 6 ਤੋਂ 7 ਦਿਨ ਹੋਏ ਭਾਈ। 6 ਤੋਂ 7 ਦਿਨ? ਹਾਂਜੀ। ਤੇ ਦੇਖ ਲਓ ਹੁਣ ਕੋਈ ਲੱਤੇ ਨਹੀਂ ਚੱਕਦੀ ਪਈ, ਕੋਈ ਉਹ ਜਿਹੜਾ ਪਹਿਲਾਂ ਲੱਤਾਂ ਚੱਕਦੀ ਤੋਂ ਮਸਲਾ ਤਾਂ ਨਹੀਂਗਾ? ਨਹੀਂ ਨਹੀਂ, ਇਹ ਗੱਲ ਤੁਹਾਨੂੰ ਵੀ ਯਕੀਨ ਹੋਗਾ ਕਿ ਗਾਂ ਕਰਦੀ ਹੈ? ਨਹੀਂ ਗਾਂ ਕਰਦੀ, ਵਾਕਿਆ ਮੰਨ ਗਿਆ ਜੀ। ਅੱਛਾ ਪਿੱਛੇ ਬੱਚਾ ਦੋ ਦਿਨ ਦੇ ਥੱਲੇ ਕਿੰਨਾ ਕਿਤੇ? ਦੋ ਦਿਨ ਥੱਲੇ ਬੱਚੇ ਸਮੇਤ 12 ਲੀਟਰ ਚੋਲ ਹਨ, ਜਿੱਥੋਂ ਮਰਦੀ ਆ ਕੇ ਚੋਲ ਹਨ। ਅੱਛਾ ਬਤਾਇਆ ਚੁਆਪ ਸਮਾਥਣਾ ਕਲੀਅਰ ਮੋਤੀ ਮੱਝ ਵਾਲੀ ਤਾਰ ਹੈ, ਹਰ ਸ਼ਾਇਦ ਦੀ ਗਰੰਟੀ? ਹਾਂਜੀ ਗਰੰਟੀ, ਥਣ ਦੇਖ ਲਓ ਪੂਰਾ ਮੁੱਠ ਚੰਦਾ। ਠੀਕ ਹੋ ਗਿਆ, ਕੀ ਮੂੰਹ ਚੋਂ ਦੋਂਦੀ ਆ ਭਾਈ ਜਾਨ? ਹਾਂਜੀ ਮੂੰਹ ਚੋਂ ਦੋਂਦੀ ਹੈ। ਹਾਂਜੀ ਮੂੰਹ ਵੀ ਦਿਖਾ, ਮੂੰਹ ਦਿਖਾਈ ਯਾਰ। ਠੀਕ ਹੋ ਗਿਆ। ਅੱਛਾ ਉਹਨਾਂ ਦਾ ਪਿਆਰ ਮੁਹੱਬਤ ਨਾਲ ਨਾ ਯਾਰ ਮੈਂ ਬਤਾਣਾ, ਇੱਕ ਹੀ ਰੇਟ ਕਰਨਾ ਜਿਹੜੇ ਆਪਾਂ ਲੈਣ ਦੇਣ ਵਾਲੀ ਗੱਲ ਕਰਨੀ, ਸਿਰਫ 1,60,000 ਰੁਪਈਆ। 1,60,000 ਰੁਪਈਆ? 1,60,000 ਰੁਪਇਆ ਜ਼ਿਆਦਾ ਨਹੀਂ ਹੈ? ਨਹੀਂ ਸਰ, ਰਾਏ ਸਾਹਿਬ ਬਾਜ਼ਾਰ ਗਰੋਬ ਦੋਸਤ ਵੀ ਦੇਖਦੇ, ਤੁਸੀਂ ਵੀ ਦੇਖਦੇ ਹੋ, ਬਾਹਰ ਬਾਜ਼ਾਰ ਦੇਖੋ, ਮੰਡੀਆਂ ਦੇ ਹਾਲਾਤ ਦੇਖੋ, ਤੁਹਾਨੂੰ ਖੁਦ ਹੀ ਪਤਾ ਚੱਲ ਜਾਏਗਾ। ਐਂ ਤੇ ਪਿੱਛੇ ਬੱਚਾ ਜੀ? ਹਾਂਜੀ ਇਹ ਬੱਚਾ ਮਾਸ਼ਾਅੱਲਾ, ਉਹ ਦੇਖੋ ਤੁਹਾਨੂੰ ਦੱਸਿਆ 6-7 ਦਿਨ ਦਾ। ਸਹੀ ਸਹੀ, ਤੇ ਕੋਈ ਪਿਆਰ ਮੁਹੱਬਤ ਪਾਓ 1,60,000 ਚ ਨਾ, ਅਗਰ ਕਿਸੇ ਦੋਸਤ ਨੂੰ ਪਸੰਦ ਆਉਂਦੀ ਹੈ ਤੇ 5,000 ਰੁਪਏ ਦੀ ਪਿਆਰ ਮੁਹੱਬਤ ਕਰ ਦਿੰਦੇ। 1,55,000 ਰੁਪਏ? 1,55,000 ਰੁਪਇਆ ਜੀ। ਔਰ ਮਾਸ਼ਾਅੱਲਾ ਚੱਡਾ ਦੇਖ ਲਓ, ਥਾਣ ਦੇਖ ਲਓ, ਪੂਰੇ ਮੁੱਠ ਵਾਲਾ ਥਾਣ ਹੈ। ਠੀਕ ਹੈ ਦੋਸਤੋ, ਪਹਿਲਾਂ ਜਿਹਦਾ ਕਾਜ ਲਾ ਸੁਤਰੀ ਹੈ, ਪਹਿਲਾ ਵਾਰਾ ਸੂਈ, ਪਿੱਛੇ ਬੱਚਾ। ਠੀਕ ਹੈ, ਦੁੱਧ ਕਿੰਨਾ ਦੱਸਿਆ ਜੇ? ਦੁੱਧ 12 ਲੀਟਰ ਚੋਲ ਦੋਸਤ, 12 ਲੀਟਰ ਦੁੱਧ, ਜਿਹੜੀ ਡਿਮਾਂਡ 1,55,000 ਹਾਜ਼ਰ ਮੌਕੇ ਇਨਸ਼ਾਅੱਲਾ ਪਿਆਰ ਮੁਹੱਬਤ ਹੋ ਜਾਏਗਾ। ਹੁਣ ਮਹਾਨੇ ਦੀ ਗਾਏ ਨੰਬਰ 3, ਇਹਦੀ ਕੀ ਜ਼ਾਤ ਨਸਲ ਹੈ? ਮਦਰ ਜਰਸੀ ਤੇ ਵਲੈਤੀ ਹੀ ਹੈ। ਜਰਸੀ ਤੇ ਵਲੈਤੀ ਜੀ। ਠੀਕ ਹੈ, ਕਿੰਨਵਾਂ ਵਾਰਾ ਸੂਈ ਜੇ? ਇਹ ਪਹਿਲਾ ਵਾਰਾ ਸੂਈ ਭਾਈ ਜਾਨ, ਇਹ ਵੀ ਪਹਿਲਾ ਵਾਰਾ ਸੂਈ ਜੀ। ਪਿੱਛੇ ਕੀ ਜਾਂਦੇ? ਪਿੱਛੇ ਦੇ ਵੱਛੀ ਹੈ ਵਲੈਤੀ, ਸਾਈਵਾਲ ਵਲੈਤੀ ਕਰਾ, ਸਾਈਵਾਲ ਵਲੈਤੀ। ਕਿੰਨੇ ਕੁ ਦਿਨਾਂ ਦੀ ਸੂਈ ਹੈ ਇਹ? ਤਕਰੀਬਨ 15 ਦਿਨ ਦੀ ਸੂਈ ਭਾਈ ਜਾਨ। 15 ਦਿਨ ਦੀ ਸੂਈ ਹੈ ਜੀ। ਤੇ ਕਿੰਨੀਆਂ ਧਾਰਾਂ ਨੇ ਇਹਦੇ? ਧਾਰਾਂ ਜਾਂ 13 ਲੀਟਰ ਭਜਨ ਚਵਾ ਕੇ ਲਵਾਂਗੇ। ਪੱਕੀਆਂ? ਪੱਕੀਆਂ ਗਰੰਟੀ, ਕੋਈ ਮਸਲਾ ਨਹੀਂ। ਕਾਲਾ ਖਾਣ ਵਾਲੀ ਆਂਦਾ, ਆਪਾਂ ਝੂਠੇ ਤਾਂ ਨਹੀਂ ਪਈ? ਨਾ ਜੀ ਨਾ, ਇਹ ਕੰਮ ਝੂਠੇ ਵਾਲਾ ਆਪਾਂ ਕੰਮ ਕੀਤਾ ਹੀ ਨਹੀਂਗਾ। ਸਹੀ, ਦੋਸਤ ਆ ਜਾਣ, ਲਾਈਫ ਚਵਾਈ ਕਰਾ ਲੈਣ, ਜਿਵੇਂ ਮਰਜ਼ੀ ਚਵਾਈ ਕਰਾਉਣ। ਸਹੀ, ਦੋ ਟਾਈਮ ਚਵਾਉਣ, ਤਿੰਨ ਟਾਈਮ ਚਵਾਉਣ। ਪੈਸੇ ਦੱਸੋ ਇਹਦੇ? ਪੈਸੇ ਮਕੂਲ ਜੇ 1,70,000 ਰੁਪਈਆ। 1,70,000 ਮਕੂਲ ਹੈ? ਬਿਲਕੁਲ ਮਕੂਲ, ਚੀਜ਼ ਦੇਖੋ ਤਾਂ ਮਕੂਲ ਹੈ। ਇਹੋ ਜਿਹੇ ਬੱਚਿਆਂ 2-2 ਲੱਖ ਰੁਪਈਆ ਰੇਟ ਕਰਦੇ ਆ। ਚਲੋ ਕੋਈ ਪਿਆਰ ਮੁਹੱਬਤ ਪਾ ਲਓ, ਪਿਆਰ ਮੁਹੱਬਤ 5,000 ਦੀ ਪਾ ਲੈਂਦੇ ਆ। 1,65,000? 1,65,000 ਰੁਪਇਆ ਜੀ। ਠੀਕ ਹੈ ਦੋਸਤੋ, ਤਿੰਨੇ ਜਾਨਵਰ ਤੁਹਾਨੂੰ ਦਿਖਾ ਦਿੱਤੇ ਨੇ, ਤਿੰਨੇ ਜਾਨਵਰ ਦਾ ਜਿਹੜੇ ਦੋਸਤ ਨੂੰ ਆਵੇ ਪਸੰਦ, ਮੇਰੇ ਨਾਲ ਜਾਂ ਭਾਈ ਮਦਰ ਨਾਲ ਰਾਬਤਾ ਕਰਕੇ ਖਰੀਦ ਸਕਦੇ ਹੋ। ਅਗਲੀ ਵੀਡੀਓ ਤੱਕ ਦਿਓ ਇਜਾਜ਼ਤ, ਤੇ ਅੱਲਾ ਹਾਫਿਜ਼।